ਆਹ ਦੇਖ ਲਓ ਜੀ ਇੰਡੀਆ 'ਚ ਹੋ ਕੇ ਇੰਡੀਆ ਵਾਲਿਆਂ ਤੋਂ ਪੈਸੇ ਲਓ ਕਿਆ ਬਾਤ ਹੈ ਕਿੱਧਰ ਗਏ ਬੰਦੇ ਆਹ ਖੜੇ ਆ ਬਾਈ ਨੂੰ ਇੱਕ ਚੀਜ਼ ਬੜੀ ਪਸੰਦ ਆਈ ਹੈ ਕਲਕੱਤੇ ਆ ਕੇ ਔਰ ਉਹ ਬਿਲਡਿੰਗ ਆਹ ਕਿਵੇਂ ਦਿਖ ਰਹੀ ਹੈ ਨੀਲੇ ਕਲਰ ਹਲੋ ਜਿਹੋ ਬੰਦਾ ਪਿੱਛੇ ਕਰਕੇ ਖੜਾ ਕਿਹੜਾ ਨਹੀਂ ਇਹ ਤਾਂ ਨਹੀਂ ਪਛਾਣ ਇਹਦੀ ਪਛਾਣ ਨਹੀਂ ਹੋਣੀ ਮੈਨੂੰ ਜੀਸਸ ਕ੍ਰਾਈਸਟ ਲੱਗੀ ਜਦੋਂ ਓ ਵਾਹ ਪੂਰੀ ਵੀਡੀਓ ਜਿਸ ਮਰਜ਼ੀ ਬਣਾਓ ਹਾਂ ਬਈ ਕਿਆ ਬਾਤ ਜੀ ਕਿਆ ਬਾਤ ਹੈ बना लो वीडियो ये पहली बार आया पहली बार एक विंटेज ही वो है सिटी है विंटेज टाइप हर चीज पुरानी इतने तुम मिल जूगी जिमें क्या बात है भाई क्या बात है इनफील्ड बंदूक प्रथम विश्व युद्ध में इसका इस्तेमाल किया गया था निर्माण की तिथि 1965 तो 67 होनी है कहीं ड्रेस क्या बात है भाई पढ़ने हो गई सारे फुट जेनिथ सेक्टर बाय रम्सडेन पता नहीं की बोली समझ नहीं लग रही बहुत सोहना अंदरों बनया हुआ इन्ने साल पुरानी चीज़ है सारा पत्थर का बनया हुआ संगमरमर का बहुत घेंट घेंट चीज़ मैं वीडियो फोटो जूम करके बना दी बहुत ज्यादा घेंट बनया हुआ सिर आला ही पई है भाई सारा ही पत्थर ही पत्थर सारा ही ए टू जेड 1947 ਉਸ ਤੇ ਲੈ ਗਿਆ ਸੀ ਨਾ ਉਹਦੀ ਬਾਤ ਰਿਪੋਰਟ ਕਰ ਕੇ ਫਿਰ ਵੀ ਕਿੱਥੇ ਗਿਆ ਬਈ ਗਾਇਜ਼ ਤੁਸੀਂ ਇਹ ਦੇਖ ਲਓ ਜੇ ਤੁਸੀਂ ਆਓਗੇ ਤੁਹਾਨੂੰ ਤਾਂ ਇੰਨਾ ਪਤਾ ਲੱਗਣਾ ਕਿਉਂਕਿ ਇੰਨਾ ਵੱਡਾ ਹੈ ਕਈ ਤਾਂ ਘੁੰਮਦੇ ਘੁੰਮਦੇ ਇੰਨੇ ਚੱਕਰ ਕੱਢ ਕੱਢ ਕੇ ਥੱਕ ਗਏ ਬਾਈ ਹੁਣ ਤਾਂ ਪਹਿਲੀ ਵਾਰ ਜਾ ਕੇ ਬੈਠ ਗਏ ਉੱਥੇ ਪਤਾ ਨਹੀਂ ਛਾਂ ਛੋਜ ਕਿਤੇ ਕਹਿੰਦਾ ਜੀ ਤਾਂ ਥੱਕ ਗਏ ਉਹਨਾਂ ਦੇ ਉਹਨਾਂ ਕੋਲ ਚੱਲੇ ਹੋ ਕਿਆ ਬਾਤ ਹੈ ਵੀ ਕਿਆ ਬਾਤ ਹੈ ਇਹ ਹੈਗੀ ਐਗਜ਼ਿਟ ਰਾਣੀ ਦਾ ਰਾਣੀ ਪਤਾ ਨਹੀਂ ਕੀ ਆ ਬਣਿਆ ਹੋਇਆ ਸਹੀ ਹੈ ਜਗਾਰਡ ਬੈਠਣ ਨੂੰ ਦੁਨੀਆ ਬੈਠਦੀ ਵੀ ਹੈ ਪਾਰਕ ਬਹੁਤ ਸੋਹਣਾ ਬਣਿਆ ਸਾਰਾ ਸ਼ਾਂਤੀ ਜਮਾ ਹੀ ਇੱਥੇ ਪਹਿਲਾਂ ਤਾਂ ਸਾਡੀ ਉਹ ਗੇਮ ਚੱਲੀ ਜਾਂਦੀ ਆ ਅਸੀਂ ਲਾ ਦਈਦੇ ਨੇ
ਉਹਨਾਂ ਦੀ ਸਿਕਿਉਰਿਟੀ ਪਵਾ ਦਿੰਦੀ ਆ। ਮੈਂ ਕਿਹਾ ਸਾਰਾ ਨਾ ਭਾਈ ਕੰਮ ਹੋਰ ਗੱਬਿਆ ਪਿੱਛੇ ਦੇਖੋ ਬਾਈ ਕਮਾਲ ਹੈ ਨਾ ਸਿਰਾ ਸਿਰਾ। ਓ ਵਾਹ ਜੀ ਵਾਹ ਕਿਆ ਬਾਤ ਹੈ। ਕਲਕੱਤੇ ਦੀ ਸ਼ਾਨ ਪੀਲੀ ਟੈਕਸੀ ਵਾਹ ਜੀ ਵਾਹ ਸਵਾਦ ਆ ਗਿਆ। ਛੋਟੇ ਹੁੰਦੇ ਫਿਲਮਾਂ 'ਚ ਦੇਖਦੇ ਹਾਂ ਆਪਾਂ ਪੀੜੀਆਂ ਟੈਕਸੀਆਂ ਕਲਕੱਤੇ ਦੀ ਸ਼ਾਨ ਸਵਾਦ ਆ ਰਿਹਾ। 15 ਸਾਲ ਤੋਂ ਪੁਰਾਣੀ ਹੋ ਗਈ ਹੈ ਫਿਰ ਜਿਹੜਾ ਪੁਰਾਣੀ ਕਿਸ ਕਰਦੀ ਹੈ ਪਾਸਿੰਗ ਪਾਸਿੰਗ ਹੋਤੀ ਹੈ 15 ਸਾਲ ਦੀ ਬਾਅਦ ਪਾਸਿੰਗ ਹੋਤੀ ਹੈ। ਹਾਂ 15 ਸਾਲ ਸੇ ਤੋਂ ਪੁਰਾਣੀ ਹੋ ਗਈ ਜੇ 8 ਸਾਲ ਪੁਰਾਣੀ ਹੈ। ਕਿਤਨਾ ਮਾਡਲ ਹੈ ਜੀ ਕਿਤਨਾ ਮਾਡਲ ਚਲ ਕੋਈ ਨਹੀਂ ਜਾਨੀ ਆ ਆਪਾਂ ਪਿੱਛੇ ਕਲਕੱਤੇ ਦੇ ਨਜ਼ਾਰੇ। ਉਹ ਇੱਥੋਂ ਜੀਣਾ ਸੀਗਾ ਉਹ ਪੁਲ ਪਤਾ ਨਹੀਂ ਕਿੱਧਰ ਗਿਆ ਉਹ ਆਹ ਦੇ ਸੜਕਾਂ ਸੋਹਣੀਆਂ ਨੇ ਯਾਰ ਇੱਥੋਂ ਦੀਆਂ ਇਹ ਹੋਲਸੇਲ ਮਾਰਕੀਟ ਲੱਗਦੀ ਆ ਹਾਂ ਮੈਂ ਲਾਟਰੀਆਂ ਵੀ ਵਿਕ ਰਹੀਆਂ ਕਲਕੱਤਾ ਦੇਖ ਰਹੇ ਹਾਂ ਕਮਾਲ ਹੈ ਵਾਹ ਜੀ ਵਾਹ ਕਿਆ ਬਾਤ ਹੈ ਕਿੱਥੇ ਆ ਚਾਹ ਖਾਸ ਚਾਹ ਬਣ ਰਹੀ ਹੈ ਕਲਕੱਤੇ ਕਸੂਰਿਆਂ ਚ ਪੀਂਦੇ ਆ ਬੰਦਾ ਗੜ ਵੀ ਲਈ ਫਿਰਦਾ। ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੋਣੀ ਉਹ ਵਧੀਆ ਵਧੀਆ ਕੋਈ ਨੀ ਲੱਗ ਰਹੀ ਲੋਕ ਗਾਲਾਂ ਕੱਢਦੇ ਆ ਬਾਅਦ ਚ ਮੇਰੀ ਆਡੀਅੰਸ ਬਹੁਤ ਸੋਹਣੀ ਹੈ। ਉਮੀਦ ਕਰ ਰਿਹਾ ਤੁਹਾਨੂੰ ਇਹ ਵੀਡੀਓ ਬਹੁਤ ਸੋਹਣੀ ਲੱਗ ਰਹੀ ਹੋਣੀ ਆ ਅਤੇ ਜੇ ਵਧੀਆ ਲੱਗ ਰਹੀ ਤਾਂ ਲਾਈਕ ਜ਼ਰੂਰ ਕਰਕੇ ਜਾਇਓ। ਫਿਲਹਾਲ ਤਾਂ ਪੀਣ ਲੱਗਿਆ ਸੀ ਚਾਹ ਬਾਈ ਚਾਹ ਇੱਕ ਨੰਬਰ ਆਏ ਹਾਏ 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 ਬਹੁਤ ਜ਼ਿਆਦਾ ਵਧੀਆ ਟੇਸਟੀ ਨਾ ਹੈ ਘੱਟ ਹੀ ਆ ਹੈ ਥੋੜ੍ਹੀ ਆ ਇਹ ਮੈਨੂੰ ਲੱਗਦਾ 2 ਮਿੰਟ 'ਚ ਮੁੱਕੇ ਨਹੀਂ ਬਾਈ ਕਹਿੰਦੇ ਦੀਵਿਆਂ 'ਚ ਚਾਹ ਪੀ ਜਾਂਦੇ ਨੇ ਜਿਵੇਂ ਆਪਾਂ ਦੀਵਾਲੀ ਨੂੰ ਦੀਵੇ ਕਲਾਉਂਦੇ ਹੁੰਦੇ ਨਾ ਉਹਨਾਂ ਕੀ ਆ ਮਤਲਬ ਇਹ ਬਹੁਤਾ ਬੜਾ ਨਹੀਂ ਹੈਗਾ ਥੋੜ੍ਹਾ ਜਿਹਾ ਡੂੰਘਾ ਚਾਹ ਬਾਲੀ ਸਵਾਦ ਹੈ ਬਾਲੀ ਘੈਂਟ ਚਾਹ ਦੀਵੇ ਵਾਲੀ ਚਾਹ ਵਧੀਆ ਠੀਕ ਠਾਕ ਹੈ ਬਹੁਤ ਘੈਂਟ ਆ ਕਿਆ ਬਾਤ ਹੈ।
ਗੋਡਿਆਂ ਤੇ ਰੱਖਣੀ ਪਣੀ ਆ। ਮੈਂ ਖਾ ਪੀ ਕੇ ਕਰਦਾ ਗੱਲ। ਕਿਆ ਬਾਤ ਹੈ, ਕਿਆ ਬਾਤ ਹੈ, ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ, ਬਾਕੀ ਖਾ ਕੇ ਪਤਾ ਲੱਗੂਗਾ ਬਾਈ। ਇੱਥੇ ਲੋਕ ਐਵੇਂ ਮਿਹਨਤ ਕਰਦੇ ਨੇ ਦੇਖ ਲਓ। ਉਹ ਜਾਓ ਮੜ ਜੇ ਇਕੱਲੇ ਖਾਈ ਜਾਂਦੇ ਹੋ। ਵਾਹ ਕਿਆ ਬਾਤ ਹੈ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ। ਦਿਖਾਓ ਕਰਾਓ ਟੇਸਟ, ਚਮਚਾ ਦੇ ਕਹੇ ਜਾ ਤੱਕ ਵੀ ਨਹੀਂ ਆਇਆ। ਬਈ ਆਉਣਾ ਸਫਲ ਹੋ ਗਿਆ ਇੱਥੇ। ਉਹ ਦੇਖੀ ਬਈ, ਮਜ਼ਾ ਆ ਰਿਹਾ ਨਾ ਪੂਰਾ, ਨਜ਼ਾਰੇ ਆ ਨਜ਼ਾਰੇ ਨਜ਼ਾਰੇ। ਇੱਥੇ ਨਾ ਜਿਹੜੇ ਸਮਾਨ ਢੋਣ ਵਾਲੇ ਮਤਲਬ ਹੱਥਾਂ ਨਾਲ ਰੇੜੀਆਂ ਖਿੱਚੀ ਜਾਂਦੇ ਨੇ ਆਪਣੇ, ਜਿਵੇਂ ਰੇੜੀ ਮੂਹਰੇ ਉਹ ਲਾ ਲਈ, ਅੱਧਾ ਜਾਂ ਮੋਟਰਸਾਈਕਲ ਕਟਾ ਕੇ ਲਵਾ ਲੈਂਦੇ ਜਾਂ ਕੁਛ ਹੋਰ ਆ ਆਟੋ ਉਟੋ 'ਤੇ। ਇੱਥੇ ਨਹੀਂ ਹੈਗਾ ਵੀ ਸਾਰਾ ਕੰਮ ਸਾਰਾ ਕੀ ਉਹ ਸਿੱਧਾ ਲੰਘੇ ਉਹਦੇ, ਉਹ ਤਾਂ ਬਹੁਤ ਗਾਹਾਂ ਲੰਘੇ। ਲਾਤੀ ਸੇਲ ਹੈ, ਦੋ ਪੈਂਟਾਂ 500, ਦੋ ਪੈਂਟਾਂ 500 ਰੁਪਏ ਦੀਆਂ। ਕੋਈ ਵੀ ਕੋਈ ਵੀ ਲੈਣ ਲੱਗਿਆ ਤੂੰ, ਸੋਚ ਰਿਹਾ ਹਾਂ ਚੱਲ ਮੁੜ ਕੇ ਆ ਕੇ ਲੈਂਦੇ ਆ, ਫਿਰ ਸੋਚ ਲੈ ਆਉਂਦੇ ਚਿਰ ਨੂੰ, ਆਵੜਾ ਦੇਖ ਕੇ ਆਉਂਦੇ ਆ ਬਈ। ਪਸੰਦ ਆ ਗਈ ਕੋਈ ਪੈਂਟ, ਕੱਪੜਾ ਦੇਖ ਪਹਿਲਾਂ ਯਾਰ, ਆ ਕੇ ਤਾਂ ਹਨੇਰਾ ਹੋ ਜਾਣਾ, ਫਾਇਦਾ ਨੀ ਕੋਈ। ਸਹੀ ਹੈ ਬਾਜੀ, ਪੰਜ ਸੌ ਯਾਰ ਸਹੀ ਆ, ਬਈ ਜੇ ਗੱਲ ਸੱਚੀ ਦੱਸਾਂ ਮੈਂ ਆਪਣੀ, ਮੈਂ ਇਹ ਫਿਲਮਾਂ 'ਚ ਦੇਖਿਆ, ਗਾਣਿਆਂ 'ਚ ਦੇਖਿਆ, ਅੱਜ ਅਸਲੀ 'ਚ ਦੇਖ ਕੇ ਰੂਹ ਖੁਸ਼ ਹੋ ਸੱਚੀ। ਬਹੁਤ ਅੰਦਰ ਦਿਲ ਨੂੰ ਸਕੂਨ ਮਿਲ ਰਿਹਾ ਮੈਨੂੰ ਕਿ ਮੈਂ ਇਹ ਜਗ੍ਹਾ ਦੇਖ ਕੇ ਹੀ ਲਈ। ਉਹ ਦੇਖਿਓ ਥੋੜ੍ਹਾ ਜਿਹਾ, ਬਹੁਤ ਇਕੱਠਾ ਉਰੇ ਤਾਂ ਲੋ ਵੀ ਸੱਜਣੋ ਥੱਲੇ ਉਗਲੀ ਨਦੀ, ਸ਼ਿਪਾਂ ਫਿਰਦੀਆਂ ਨੇ, ਆਹ ਬ੍ਰਿਜ ਹੈ ਸਭ ਤੋਂ ਉੱਚਾ ਇਹਦਾ, ਉਹ ਗਾਹਾਂ ਜਾ ਕੇ ਆ ਪਿੱਲਰ। ਇੱਥੇ ਚੋਰੀ ਚੋਰੀ ਬਹੁਤ ਹੁੰਦੀ। ਇੱਕ ਗੱਲ ਹੋਰ ਦੱਸਾਂ, ਜਿਵੇਂ ਭੂਚਾਲ ਆ ਇਹਦੇ ਧਰਤੀ ਹਿੱਲਦੀ ਆ ਨਾ, ਉਵੇਂ ਹਿੱਲ ਰਿਹਾ ਇਹ ਪੂਰਾ, ਉਵੇਂ ਹਿੱਲ ਰਿਹਾ ਇਹ ਜਮਾ ਹੀ। ਮੈਂ ਕਿਹਾ ਜਿਵੇਂ ਭੂਚਾਲ ਆ ਇਹਦੇ ਧਰਤੀ ਹਿੱਲਦੀ, ਉਵੇਂ ਹਿੱਲਦਾ ਪਿਆ ਇਹ, ਹੈਨਾ। ਜੇ ਕਿਸੇ ਨੂੰ ਦਿਖ ਰਿਹਾ ਹੋਵੇ ਸਾਰਾ ਹਿਲਦੀ ਆ, ਧਿਆਨ ਨਾਲ ਦੇਖਣੇ ਪੈਣੀਆਂ ਨੇ, ਇੰਨਾ ਪੁਲ ਹਿੱਲ ਰਿਹਾ ਪੂਰਾ, ਹਿੱਲ ਰਿਹਾ ਪੂਰਾ, ਭੂਚਾਲ ਫੀਲ ਹੋ ਰਿਹਾ ਜਮਾ ਹੀ। ਥੱਕ ਵੀ ਨਹੀਂ ਹੁੰਦਾ, ਕਿਆ ਬਾਤ ਹੈ ਵੀ, ਅਸੀਂ ਪਾਰ ਕਰਕੇ ਆ ਗਏ ਹੁਣ, ਹੁਣ ਅਸੀਂ ਜਾ ਰਹੇ ਹਾਂ ਬਾਲੀ ਵਧੀਆ ਚੀਜ਼ 'ਤੇ। ਤਾਂ ਟਿਕਟ ਬਹੁਤ ਮਹਿੰਗੀ ਲਈ ਆ, ਪਰ ਤੁਸੀਂ ਯਕੀਨ ਨਹੀਂ ਕਰੋਗੇ, $6 ਟਿਕਟ ਲਈ ਆ, $6 ਦੀ, ਮਤਲਬ ਕਿ 6 ਰੁਪਏ ਦੀ ਇੱਕ ਟਿਕਟ ਸੀ ਇੱਕ ਜਣ ਦੀ। ਮਤਲਬ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਰੁਕੋ, ਉਹ ਕਿਆ ਬਾਤ ਹੈ ਬਾਈ, ਉਹ ਟਿਕਟ ਦਿਓ ਟਿਕਟ, ਕਿਆ ਬਾਤ ਹੈ, ਕਿਹਨੂੰ ਦੇਣੀਆਂ ਟਿਕਟਾਂ, ਕਿਹਨੂੰ ਦੇਣੀਆਂ ਨੇ, ਚਲੋ ਆਹੋ।
क्या बात है भाई, क्या बात है, सवेरे असि स्टेशन आ रेलवे स्टेशन अभी सवेरे उतरे थी सा श्री अकाल दिखाने छड़ते कलकत्ते जाके क्या बात है भाई, क्या बात है, आनंद है पूरा आनंद, थले कोई सपोर्ट नहीं पड़ते, वाह जी वाह, चल पिया, वाह 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 आनंद आनंद देख रहा फिर क्यों भाई भी लगे इतना सेल्फिया लैन फोटो खिंचन सेल्फी फोटो भाई 6 रुपए की टिकट है सारी बस सिंगल पासे की मतलब उधर एक पुल तो एक मतलब एक सड़क तो दूसरी सड़क तो पिछों मतलब नदी के उत्तर बहुत घंटा काम पूरा। लो जी किश्ती की सवारी तो बाद हम आ गए अभी फिर उस सड़क पर हम आप सीधे जाना है तुर के जा होना जा रहे रूम च जा रहे आप रूम से उत्थे जा करा वीडियो एंड बाकी गलबात करते हैं रूम से जाके। सो किवें लगी तुहानू अज्ज दी वीडियो तुसीं मैनू अपने कमेंट च जरूर दस्सिओ ते चैनल नू सबसक्राइब करना भुल्लिओ लाइक करो शेयर जरूर करो ते मिलदे आं कल नू कलकत्ते च किसी नवीं वीडियो दे नाल। थैंक यू। लो जी साढ़े ना थोड़ी जी हो गई कलोल, मैं माड़ा कम करना बह गया सी मैं कहा चलो थले जाके लंगर छकाने क्योंकि एक अद्धा जना समान के कोल रहना भी जरूरी है, जो लंगर हॉल जाए उ कहना चलो ये तो समाप्ति हो गई वो तो खत्म हो गया, इसलिए हम लोग को बाहर जाना पड़ा, बाहर जाना पाया, बाहर भी ढाबा है नहीं कि भाई इतने रोटी रूटी खाने है नहीं गा इतने कुछ सिर्फ तुम फास्ट फूड वगैरह यह जी चीज़ा खा सकते हो, हाँ सू होर कुछ खाया नहीं अभी दही भले खाए, चलो मैं रात तो सौखी देख लूंगी चढ़ना पौड़ियां चढ़ के उतरना चढ़ना बस आही है।